ਤਾਂ ਇਸ ਵਕਤ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਮੌਜੂਦ ਹਾਂ ਔਰ ਜਿੱਥੇ ਇਹ ਮਾਮਲਾ ਪੂਰਾ ਦਰਜ ਕੀਤਾ ਗਿਆਗਾ ਪੰਜਾਬ ਦੇ ਸਾਬਕਾ ਮੰਤਰੀ ਵਿਜੇ ਸਿੰਘਲਾ ਦੇ ਖਿਲਾਫ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਔਰ ਉਹਨਾਂ ਦੇ OSD ਪ੍ਰਦੀਪ ਕੁਮਾਰ ਤਾਂ ਦੋ ਜਿਹੜੇ ਕਹਦੀਏ ਕਿ ਵਿਅਕਤੀਆਂ ਦੇ ਖਿਲਾਫ ਬਾਈ ਨੇਮ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਔਰ ਜਿਸ ਦੇ ਵਿੱਚ ਪ੍ਰੋਵੈਂਸ਼ਨ ਆਫ ਕ੍ਰਾਪਸ਼ਨ ਐਕਟ ਸੈਕਸ਼ਨ 7 ਔਰ ਸੈਕਸ਼ਨ 8 ਦੀ ਜਿਹੜੀ ਧਾਰਾ ਜੋੜੀ ਗਈ ਹੈ ਕਿ ਕਿਸੇ ਵੀ ਅਹੁਦੇ ਤੇ ਤਨਾਤ ਸਰਕਾਰੀ ਵਿਅਕਤੀ ਦੇ ਵੱਲੋਂ ਜਦੋਂ ਆਪਣਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕ੍ਰਾਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਗਲਤ ਟੰਗ ਦੇ ਨਾਲ ਆਪਣਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਧਾਰਾਵਾਂ ਦੇ ਤਹਿਤ ਜਿਹੜਾ ਇਹ ਪੂਰਾ ਮਾਮਲਾ ਦਰਜ ਕੀਤਾ ਗਿਆ ਤਾਂ ਇਸ ਵਕਤ ਪੰਜਾਬ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਵਿਜੇ ਸਿੰਘਲਾ ਨੂੰ ਹੁਣ ਤੋਂ ਕੁਝ ਧੀਰ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਕਿਉਂਕਿ 24 ਘੰਟਿਆਂ ਦੇ ਅੰਦਰ ਅੰਦਰ ਦਾ ਸਮਾਂ ਹੁੰਦਾ ਜਦੋਂ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਪੁੱਛਗਿੱਛ ਦੇ ਲਈ ਸਮਾਂ ਹੈ ਜਿਹੜਾ ਉਹ ਲੈਣਾ ਹੁੰਦਾ ਤਾਂ ਕੋਰਟ ਦੇ ਵਿੱਚ ਕਦੋਂ ਪੇਸ਼ ਕੀਤਾ ਜਾਏਗਾ ਫਿਲਹਾਲ ਇਸ ਦੇ ਬਾਰੇ ਕੋਈ ਵੀ ਸਮੇਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਔਰ ਪੰਜਾਬ ਦੇ ਅਧਿਕਾਰੀ ਹੋਣ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮਾ ਹਨ ਉਹ ਵੀ ਕਿਤਨਾ ਕਿਤੇ ਇਸ ਪੂਰੇ ਮਾਮਲੇ ਦੇ ਵਿੱਚੋਂ ਕੋਈ ਵੀ ਬਿਆਨ ਦੇਣ ਤੋਂ ਬਚਦੇ ਨਜ਼ਰ ਆਉਂਦੇ ਨੇ ਪੂਰਾ ਮਾਮਲਾ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਕਿ ਮੋਹਾਲੀ ਦੇ ਐਸਈ ਹਰਜਿੰਦਰ ਸਿੰਘ ਦੇ ਵੱਲੋਂ ਜਿਹੜਾ ਇਹ ਪੂਰਾ ਮਾਮਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਕਿ ਕਮਰਾ ਨੰਬਰ 203 ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਹੈਗਾ ਕਮਰਾ ਨੰਬਰ 203 ਦੇ ਵਿੱਚ ਬੁਲਾਇਆ ਜਾਂਦਾ ਉਹਨਾਂ ਨੂੰ ਪੰਜਾਬ ਭਵਨ ਚੰਡੀਗੜ੍ਹ ਦੇ ਪੰਜਾਬ ਭਵਨ ਦੇ ਕਮਰਾ ਨੰਬਰ 203 ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਜਿੱਥੇ ਸਾਬਤ ਤੌਰ ਤੇ ਮੰਤਰੀ ਨਿਕਲ ਜਾਂਦੇ ਨੇ ਪਰ ਜਾਂਦੇ ਜਾਂਦੇ ਕਹਿੰਦੇ ਨੇ ਕਿ ਪ੍ਰਦੀਪ ਕੁਮਾਰ ਤੁਹਾਡੇ ਨਾਲ ਗੱਲ ਕਰਨ ਕੁਮਾਰ ਮੰਤਰੀ ਦੇ ਓਐਸਡੀ ਪ੍ਰਦੀਪ ਕੁਮਾਰ ਉਹਨਾਂ ਦਾ ਜ਼ਿਕਰ ਕਰਦੇ ਨੇ ਔਰ ਪ੍ਰਦੀਪ ਕੁਮਾਰ ਦੇ ਵੱਲੋਂ ਸਿੱਧੇ ਤੌਰ ਤੇ ਜਿਹੜੀ ਗੱਲ ਐਸਸੀ ਰਜਿੰਦਰ ਸਿੰਘ ਦੇ ਸਾਹਮਣੇ ਰੱਖੀ ਜਾਂਦੀ ਹੈ ਕਿ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਕੰਸਟਰਕਸ਼ਨ ਦੇ ਲਈ ਜਿਹੜਾ 41 ਕਰੋੜ ਰੁਪਇਆ ਉਹ ਜਾਰੀ ਹੋਣਾ ਔਰ 16 ਕਰੋੜ ਰੁਪਏ ਜਿਹੜਾ ਪਹਿਲਾਂ ਤੋਂ ਹੀ ਜਾਰੀ ਹੈ ਜਿਹੜਾ ਉਹ ਹੋ ਚੁੱਕਿਆ ਔਰ ਟੋਟਲ 58 ਕਰੋੜ ਰੁਪਏ ਬੰਦਾ 58 ਕਰੋੜ ਦੇ ਵਿੱਚੋਂ 2% ਹੈ ਜਿਹੜਾ ਉਹ ਕਮਿਸ਼ਨ ਦੇ ਤੌਰ ਤੇ ਮੰਤਰੀ ਨੂੰ ਦਿੱਤਾ ਜਾਵੇ ਜੋ ਰਕਮ 1 ਕਰੋੜ 16 ਲੱਖ ਰੁਪਏ ਬੰਦੀ ਹੈ ਪਰ ਸਭ ਤੋਂ ਔਰਤੇ ਰਜਿੰਦਰ ਸਿੰਘ ਦੇ ਵੱਲੋਂ ਇਸ ਚ ਅਜੇਆ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈਗਾ ਅਜੇਆ ਕਰਨ ਤੋਂ ਸਾਬ मना ਕਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਜਿਹੜੀਆਂ ਵਿਭਾਗ ਜਿਹੜੇ ਵਿਭਾਗ ਦੇ ਮੰਤਰੀ ਉਹਨਾਂ ਦੇ ਵੱਲੋਂ ਧਮਕੀਆਂ ਜਾਰੀ ਹੁੰਦੀਆਂ ਨੇ ਕਿ ਤੁਹਾਡਾ ਜਿਹੜਾ ਰਿਕਾਰਡ ਹੈ ਉਹ ਖਰਾਬ ਕਰ ਦਿੱਤਾ ਜਾਏਗਾ ਕਿਉਂਕਿ ਨਵੰਬਰ ਦੇ ਮਹੀਨੇ ਦੇ ਵਿੱਚ ਹੀ ਰਜਿੰਦਰ ਸਿੰਘ ਦੀ ਰਿਟਾਇਰਮੈਂਟ ਸੀ ਪਰ ਰਜਿੰਦਰ ਸਿੰਘ ਦੇ ਵੱਲੋਂ ਕਿਹਾ ਜਾਂਦਾ ਕਿ ਉਹ ਇਸ ਕੰਮ ਨੂੰ ਨਹੀਂ ਕਰਨਗੇ ਚਾਹੇ ਉਹਨਾਂ ਦੀ ਬਦਲੀ ਕਰ ਦਿੱਤੀ ਜਾਵੇ ਚਾਹੇ ਉਹਨਾਂ ਦੀ ਥਾਂ ਤੇ ਕੋਈ ਹੋਰ ਅਧਿਕਾਰੀ ਨਿਯੁਕਤ ਕਰ ਦਿੱਤਾ ਜਾਵੇ ਤਾਂ 20 ਮਈ ਨੂੰ ਵੀ WhatsApp ਦੇ ਜ਼ਰੀਏ ਲਗਾਤਾਰ ਉਹਨਾਂ ਨੂੰ ਫੋਨ ਆਉਂਦੇ ਨੇ ਔਰ ਕਿਹਾ ਜਾਂਦਾ ਕਿ ਇਹ 1% ਦੇ ਹਿਸਾਬ ਨਾਲ 10 ਲੱਖ ਰੁਪਏ ਜਿਹੜਾ ਉਹ ਮੰਤਰੀ ਨੂੰ ਦਿੱਤਾ ਜਾਵੇ ਇਸ ਤੋਂ ਬਾਅਦ 23 ਮਈ ਨੂੰ ਉਹਨਾਂ ਨੂੰ ਪੰਜਾਬ ਸਕੱਤਰੇ ਦੇ ਵਿੱਚ ਬੁਲਾਇਆ ਜਾਂਦਾ ਹੈ ਪੰਜਾਬ ਸੈਕਟਰੀਏਟ ਦੇ ਵਿੱਚ ਬੁਲਾਇਆ ਜਾਂਦਾ ਜਿੱਥੇ ਮੰਤਰੀ ਬੈਠਦੇ ਨੇ ਪੰਜਾਬ ਸਿਵਲ ਸੈਕਟਰੀਏਟ ਦੀ ਤੀਸਰੀ ਮੰਜ਼ਲ ਤੇ ਕਮਰਾ ਨੰਬਰ 20 ਜੋ ਪੰਜਾਬ ਦੇ ਕੈਬਨਟ ਮੰਤਰੀ ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਅਲਾਟ ਕੀਤਾ ਗਿਆ ਸੀ ਉਸ ਕਮਰੇ ਦੇ ਵਿੱਚ ਬੁਲਾਇਆ ਜਾਂਦਾ ਜਿੱਥੇ ਸਬ ਤੌਰ ਤੇ ਫਿਰ ਇੱਕ ਵਾਰ ਉਹੀ ਡਿਮਾਂਡ ਰੱਖੀ ਜਾਂਦੀ ਹੈ ਕਿ 5 ਲੱਖ ਰੁਪਿਆ ਦਿੱਤਾ ਜਾਵੇ ਔਰ 1 ਲੱਖ ਰੁਪਿਆ ਕਮਿਸ਼ਨ ਹੈ ਜਿਹੜਾ ਉਹ ਰੱਖਿਆ ਜਾਵੇ ਪਰ ਇਸ ਚੀਜ਼ ਨੂੰ ਪੂਰੀ ਚੀਜ਼ ਨੂੰ ਰਿਕਾਰਡ ਹੈ ਜਿਹੜੇ ਉਹ ਅਧਿਕਾਰੀ ਕਰ ਲੈਂਦਾ ਹੈਗਾ ਐਸਈ ਹਰਜਿੰਦਰ ਸਿੰਘ ਇਸ ਪੂਰੇ ਜਿਹੜੀ ਘਟਨਾ ਉਸ ਨੂੰ ਰਿਕਾਰਡ ਕਰ ਲੈਂਦਾ ਔਰ ਉਸ ਤੋਂ ਬਾਅਦ ਜਿਹੜੇ ਤਮਾਮ ਤੱਥ ਨੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਾਹਮਣੇ ਰੱਖੇ ਜਾਂਦੇ ਨੇ ਤਾਂ 23 ਮਈ ਦੀ ਇਹ ਘਟਨਾ ਔਰ 24 ਮਈ ਨੂੰ ਹੀ ਸਿੱਧੇ ਤੌਰ ਤੇ ਜਿਹੜਾ ਐਕਸ਼ਨ ਹੈਗਾ ਉਹ ਲਿਆ ਜਾਂਦਾ ਹੈਗਾ ਠੀਕ 24 ਘੰਟਿਆਂ ਦੇ ਅੰਦਰ ਅੰਦਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਇਸ ਚੀਜ਼ ਦਾ ਐਲਾਨ ਕੀਤਾ ਜਾਂਦਾ ਹੈਗਾ ਕਿ ਹੁਣ ਪੰਜਾਬ ਕੈਬਨਿਟ ਦੇ ਵਿੱਚ ਵਿਜੇ ਸਿੰਘਲਾ ਮੰਤਰੀ ਨਹੀਂ ਹੋਣਗੇ ਵਿਜੇ ਸਿੰਘਲਾ ਹੁਣ ਇਸ ਕੈਬਨਿਟ ਦਾ ਹਿੱਸਾ ਨਹੀਂ ਹੋਣਗੇ ਤਾਂ ਸਾਬਤ ਤੌਰ ਤੇ ਵਿਜੇ ਸਿੰਘਲਾ ਨੂੰ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਆਦੇਸ਼ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਦੇ ਆਦੇਸ਼ ਆ ਉਹ ਦਿੱਤੇ ਦਿੱਤੇ ਗਏ ਔਰ ਇਸ ਕਾਰਵਾਈ ਤੋਂ ਬਾਅਦ ਵਿਜੇ ਸਿੰਘਲਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਉਸ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ ਪੇਸ਼ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਤਾਂ ਮੈਡੀਕਲ ਚੈੱਕਅਪ ਵਗੈਰਾ ਕਰਵਾਉਣ ਤੋਂ ਬਾਅਦ ਅੱਗੇ ਜਿਹੜੀ ਜਿਹੜੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਤਸਵੀਰਾਂ ਪੁਲਿਸ ਸਟੇਸ਼ਨ ਦੀਆਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਪੁਲਿਸ ਸਟੇਸ਼ਨ ਦੀਆਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਇਸੇ ਪੁਲਿਸ ਸਟੇਸ਼ਨ ਦੇ ਅੰਦਰ ਵਿਜੇ ਸਿੰਗਲਾ ਕਿਹਾ ਜਾ ਰਿਹਾ ਹੈ ਕਿ ਮੌਜੂਦ ਨੇ ਉਹਨਾਂ ਨੂੰ ਹੁਣ ਤੋਂ ਕੁਝ ਦੇਰ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਆਗਲੀ ਕਾਰਵਾਈ ਕੀ ਹੋਏਗੀ ਉਸ ਦੇ ਲਈ ਲਿਆਂਦਾ ਜਾਵੇਗਾ ਉਸ ਕਾਰਵਾਈ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਕਾਨੂੰਨ ਦੇ ਤਹਿਤ ਕਾਰਵਾਈ ਕਰਨੀ ਹੈ ਉਸ तमाम ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਏਗੀ ਤਾਂ ਡਾਕਟਰ ਵਿਜੇ ਸਿੰਘਲਾ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਔਰ ਜਿਹੜੀ ਮੁੱਢਲੀ ਜਾਂਚ ਹੈ ਮੁੱਢਲੀ ਜਾਂਚ ਦੇ ਆਧਾਰ ਤੇ ਜਿਹੜਾ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਤਾਂ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਹੁਣ ਵਿਜੇ ਸਿੰਘਲਾ ਮੰਤਰੀ ਨਹੀਂ ਰਹਿਣਗੇ ਔਰ ਕਿਹਾ ਜਾ ਰਿਹਾ ਕਿ ਸੈਕਟਰੀਟ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਨੇਮ ਦੀ ਆ ਨਾਮ ਦੀ ਪਲੇਟ ਲੱਗੀ ਹੋਈ ਸੀ ਸ਼ਾਇਦ ਉਸ ਨਾਮ ਦੀ ਪਲੇਟ ਨੂੰ ਵੀ ਜਿਹੜਾ ਹਟਾ ਦਿੱਤਾ ਗਿਆ ਹੈਗਾ ਕਿਉਂਕਿ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਜਿਹੜਾ ਦਿਖਾ ਦਿੱਤਾ ਗਿਆ ਤਾਂ ਤੀਸਰੀ ਮੰਜ਼ਲ ਤੇ ਕਮਰਾ ਨੰਬਰ ਬੀ ਜੋ ਅਲਾਟਮੈਂਟ ਉਹਨਾਂ ਨੂੰ ਕੀਤੀ ਗਈ ਸੀ 20 ਨੰਬਰ ਕਮਰੇ ਦੇ ਵਿੱਚ ਜਿਹੜਾ ਦਫਤਰ ਸੀ ਉਹ ਪੰਜਾਬ ਦੇ ਸਿਹਤ ਮੰਤਰੀ ਦਾ ਬਣਾਇਆ ਗਿਆ ਸੀ ਪਰ ਹੁਣ ਉਹ ਪੰਜਾਬ ਦੇ ਸਿਹਤ ਮੰਤਰੀ ਨਹੀਂ ਰਹੇ ਨੇ ਹੁਣ ਉਹ ਪੰਜਾਬ ਦੇ ਕੈਬਨਿਟ ਮੰਤਰੀ ਨਹੀਂ ਰਹੇ ਨੇ ਤਾਂ ਸਾਫ ਤੌਰ ਤੇ ਜਿਸ ਤਰੀਕੇ ਦੇ ਨਾਲ ਪਹਿਲਾ ਰਿਐਕਸ਼ਨ ਅਰਵਿੰਦ ਕੇਜਰੀਵਾਲ ਆਇਆ ਕਿ ਜਿਹੜਾ ਇਹ ਫੈਸਲਾ ਸੁਣ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤਾਂ ਜਿਹੜਾ ਇਹ ਪ੍ਰਤੀਕਿਰਿਆ ਕੀਤੀ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਦਿੱਤੀ ਗਈ ਆ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਵੱਲੋਂ ਵੀ ਜਿਹੜੀ ਉਹਨਾਂ ਦੀ ਸਨੈਪਚੈਟ ਦੇ ਜ਼ਰੀਏ ਉਹਨਾਂ ਦੇ ਵੱਲੋਂ ਇੱਕ ਸਕਰੀਨਸ਼ਾਟ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਕਿ ਦੇਖੀ ਚੱਲ ਰੰਗਕਰਤਾਰ ਦੇ ਜਿਹੜੀ ਉਹਨਾਂ ਦੇ ਵੱਲੋਂ ਲਾਈਨ ਮੈਂਸ਼ਨ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਜਿਨ੍ਹਾਂ ਦੇ ਖਿਲਾਫ ਉਹ ਇਲੈਕਸ਼ਨ ਲੜੇ ਜਿਨ੍ਹਾਂ ਤੋਂ ਇਲੈਕਸ਼ਨ ਜਿੱਤੇ ਸਿੱਧੂ ਮੂਸੇਵਾਲਾ ਇਲੈਕਸ਼ਨ ਹਾਰੇ ਔਰ ਡਾਕਟਰ ਵਿਜੇ ਸਿੰਘਲਾ ਇਲੈਕਸ਼ਨ ਜਿੱਤੇ ਔਰ ਜਿਸ ਤਰੀਕੇ ਦੇ ਨਾਲ ਜਿਹੜੀ ਪੱਟਾਂ ਤੇ ਥਾਪੀਆਂ ਮਾਰਨ ਦੀ ਵੀਡੀਓ ਤੁਸੀਂ ਵੀ ਡਾਕਟਰ ਸਿੰਘਲਾ ਦੀ ਦੇਖੀ ਹੋ ਕਿ ਕਿਸ ਤਰੀਕੇ ਦੇ ਨਾਲ ਜ਼ੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਜਿਸਤ ਗੀਤ ਦਾ ਜ਼ਿਕਰ ਕਦੇ ਸਿੱਧੂ ਮੂਸੇਵਾਲਾ ਆਪਣੀ ਇਲੈਕਸ਼ਨ ਕੈਂਪੇਨ ਦੇ ਵਿੱਚ ਕਰਦੇ ਸੀਗੇ ਉਹੀ ਇਲੈਕਸ਼ਨ ਕੈਂਪੇਨ ਦੇ ਵਿੱਚ ਜਿਹੜਾ ਗੀਤ ਸੀ ਉਹ ਵਿਜੇ ਸਿੰਘਲਾ ਜਿਹੜਾ ਚਲਾਉਂਦੇ ਨਜ਼ਰ ਆਇਆ 59 11 ਦਾ ਜ਼ਿਕਰ ਜਿਹੜਾ ਵਾਰ-ਵਾਰ ਕੀਤਾ ਜਾਂਦਾ ਸੀ ਜਿਸ ਤਰੀਕੇ ਦੇ ਨਾਲ ਮਾਨਸਾ ਦੇ ਵਿੱਚ ਵੀਡੀਓ ਵਾਇਰਲ ਹੋਈਆਂ ਕਿ ਐਸ਼ਰ ਟਰੈਕਟਰ ਦੇ ਨਾਲ 911 ਨੂੰ ਪਿੱਛੇ ਵੱਲ ਨੂੰ ਖਿੱਚਿਆ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਸਿੱਧੂ ਮੂਸੇਵਾਲਾ ਵੀ ਆਪਣੇ ਗੀਤਾਂ ਦੇ ਜ਼ਰੀਏ ਸਵਾਲ ਚੁੱਕਦੇ ਨਜ਼ਰ ਆਈ ਸੀ ਜੀ ਗੀਤਾਂ ਦੇ ਜ਼ਰੀਏ ਹਾਲਾਂਕਿ ਉਸ ਗੀਤ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ ਕਿ ਹੁਣ ਦੱਸੋ ਲੋਕੋ ਗद्दार ਦੱਸੋ ਕੌਣ ਤਾਂ ਇਸ ਚੀਜ਼ ਦਾ ਜ਼ਿਕਰ ਲਗਾਤਾਰ ਸਿੱਧੂ ਮੂਸੇਵਾਲਾ ਵੀ ਕਰਦੇ ਆਏ ਸੀ ਔਰ ਅੱਜ ਵੀ ਠੀਕ ਉਸੇ ਤਰ੍ਹਾਂ ਦੀਆਂ ਜਿਹੜੀ ਪ੍ਰਤੀਕਿਰਿਆਵਾਂ ਨੇ ਉਹ ਸਿੱਧੂ ਮੂਸੇਵਾਲਾ ਦੇ ਵੱਲੋਂ ਕਿਤੇ ਨਾ ਕਿਤੇ ਆਪਣੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਰੱਖੀਆਂ ਗਈਆਂ ਨੇ ਕਿ ਕਿਹੜੀ ਤਰੀਕੇ ਦੇ ਨਾਲ ਜਿਹੜੇ ਕ੍ਰਾਪਸ਼ਨ ਦੇ ਇਲਜ਼ਾਮ ਦੇ ਵਿੱਚ ਘਿਰਨ ਤੋਂ ਬਾਅਦ ਜਿੱਥੇ ਕੈਬਨਟ ਮੰਤਰੀ ਵਿਜੇ ਸਿੰਘਲਾ ਨੂੰ ਕੈਬਨਟ ਤੋਂ ਬਾਹਰ ਦਾ ਤਾਂ ਰਸਤਾ ਦਿਖਾਉਣਾ ਹੀ ਪਿਆ ਉੱਥੇ ਹੀ ਵਿਰੋਧੀ ਵੀ ਸਰਗਰਮ ਨਜ਼ਰ ਆ ਰਹੇ ਨੇ ਪਰ ਇਸ ਵਿਰੋਧ ਦੇ ਵਿਚਾਰ ਜਿੱਥੇ ਕਾਂਗਰਸ ਦਾ ਜ਼ਿਕਰ ਕਰ ਲੀਏ ਜਿੱਥੇ ਰਾਜਕੁਮਾਰ ਵੀਰਕਾ ਦਾ ਜ਼ਿਕਰ ਕਰ ਲੀਏ ਰਾਜਕੁਮਾਰ ਵੀਰਕਾ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਦਾਲ ਦੇ ਵਿੱਚ ਕੁਝ ਕਾਲਾ ਲੱਗਦਾ ਹੈਗਾ ਜਿਹੜੀ ਕ੍ਰਾਪਸ਼ਨ ਅਰਵਿੰਦ ਕੇਜਰੀਵਾਲ ਪੈਸਾ ਲੈਣਾ ਚਾਹੁੰਦੇ ਸੀ ਸ਼ਾਇਦ ਉਸ ਪੈਸੇ ਨੂੰ ਲੈ ਕੇ ਰੌਲਾ ਹੋਇਆ ਔਰ ਇਸੇ ਕਰਕੇ ਵਿਜੇ ਸਿੰਘਲਾ ਦਾ ਨਾਮ ਸਾਹਮਣੇ ਆਇਆ ਕਿਉਂ ਤੌਰ ਤੇ ਫੈਸਲੇ ਲਈ ਨੀਤੀ ਆਰਸੀ ਪਰ ਦੂਜੇ ਪਾਸੇ ਜਦੋਂ ਦੇਖਦੇ ਆ ਤਾਂ ਉੱਥੇ ਹੀ ਸੁਖਪਾਲ ਖਹਿਰਾ ਪੰਜਾਬ ਕਾਂਗਰਸ ਦੇ ਐਮਐਲਏ ਉਹਨਾਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਕਿਉਂਕਿ ਔਰ ਨਾਲ ਹੀ ਕਿਹਾ ਗਿਆ ਕਿ ਜਿਹੜੇ ਪੁਰਾਣੇ ਮੰਤਰੀ ਆ ਉਹਨਾਂ ਦੇ ਵੀ ਮੁੱਦੇ ਉਜਾਗਰ ਕੀਤੇ ਜਾਣ ਪਹਿਲਾਂ ਜਿਹੜੇ ਕਰਪਸ਼ਨ ਦੇ ਵਿੱਚ ਕਿਰੇ ਹੋਏ ਮੰਤਰੀ ਆ ਉਹਨਾਂ ਦੇ ਵੀ ਜਿਹੜੇ ਮੁੱਦੇ ਆ ਉਹ ਉਜਾਗਰ ਕੀਤੇ ਜਾਣ ਤਸਵੀਰ ਪੰਜਾਬ ਦੇ ਪੁਲਿਸ ਸਟੇਸ਼ਨ ਮਹਾਲੀ ਦੇ ਫੇਸ 8 ਦੀ ਜਿੱਥੇ ਕਹਿ ਲਿਏ ਕਿ ਇਸ ਵਕਤ ਵਿਜੇ ਸਿੰਘਲਾ ਨੂੰ ਰੱਖਿਆ ਗਿਆ ਹੁਣ ਤੋਂ ਕੁਝ ਹੀ ਦੇਰ ਬਾਅਦ ਉਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤਾਂ ਸਭ ਤੋਂ ਵੱਧ ਜਿਹੜੀ ਤਸਵੀਰ ਹੈਗੀ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਆ ਮਹਾਲੀ ਦੇ ਪੁਲਿਸ ਸਟੇਸ਼ਨ ਦੀ ਤਸਵੀਰ ਤੇ ਸਭ ਤੌਰ ਤੇ ਸਿੱਧੂ ਮੂਸੇਵਾਲਾ ਵੱਲੋਂ ਜਿਸ ਤਰੀਕੇ ਦੇ ਨਾਲ ਜਿਹੜੀ ਇਹ ਸਨੈਪਚੈਟ ਸ਼ੇਅਰ ਕੀਤੀ ਗਈ ਹੈ ਇਸ ਸਨੈਪਚੈਟ ਦੇ ਵਿੱਚ ਜ਼ਿਕਰ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਜਿੱਤਾਂ ਹਾਰਾਂ ਆਪਣੀ ਥਾਂ ਤੇ ਨੇ ਬੰਦਾ ਨੀਤ ਦਾ ਮਾੜਾ ਨਾ ਹੋਵੇ ਤੇ ਅਸੀਂ ਨੀਤ ਦੇ ਰਾਜੇ ਆ ਇਸੇ ਕਰਕੇ ਰੱਜੇ ਕਰਾਂ ਦੇ ਪੁੱਤ ਕਲੰਕ ਨਹੀਂ ਖੜਦੇ ਤਾਂ ਸਭ ਤੌਰ ਤੇ ਜਿਹੜਾ ਸਿੱਧੂ ਮੂਸੇਵਾਲਾ ਦੇ ਵੱਲੋਂ ਜਿਹੜਾ ਤੰਜ ਹੈਗਾ ਇੱਕ ਇਸ ਪੂਰੇ ਮਾਮਲੇ ਦੇ ਵਿੱਚ ਕੀਤਾ ਗਿਆ ਫਕਰ ਹੈ ਸ਼ੇਰਾਂ ਤੇ ਕੁੱਤਿਆਂ ਵਿੱਚ ਰੱਜੇ ਤੇ ਭੁੱਖਿਆਂ ਵਿੱਚ ਮਰਦ ਤੇ ਲੁੱਚਾਂ ਵਿੱਚ ਅਮਰਤ ਤੇ ਮੁੱਕਿਆਂ ਵਿੱਚ ਤੀਰ ਤੇ ਤੁੱਕਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਵੀ ਲਗਾਤਾਰ ਐਕਟਿਵ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਵੱਡੀ ਨਮੋਸ਼ੀ ਇੱਕ ਵੱਡੀ ਹਾਰ ਸਿੱਧੂ ਮੂਸੇਵਾਲਾ ਨੂੰ ਵੀ ਚੱਲਣੀ ਪਈ ਸੀ ਫਿਲਹਾਲ ਇਹਨਾਂ ਹੀ ਦੇਸ਼ ਔਰ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਔਰ ਇਸ ਮਾਮਲੇ ਦੇ ਲਈ ਹਰ ਖਬਰ ਦੇਖਣ ਦੇ ਲਈ ਦੇਖਦੇ ਰਹੋ এবੀਪੀ ਸਾਂਝਾ ਪੰਜਾਬ ਔਰ ਪੰਜਾਬੀਅਤ ਦੀ ਪਰਛਾਈ अब देखें एबीपी सांझा टाटा स्काई चैनल नंबर 1929 पर एबीपी सांझा देखने के लिए अपने केबल ऑपरेटर से अभी संपर्क करें एबीपी सांझा जोश जज्बा जनू